ਹਾਈ ਫਰੈਂਡਸ ਵੈਲਕਮ ਕਰਦੀ ਆ ਤੁਹਾਡਾ ਸਾਰੇ ਦਾ ਤੁਹਾਡੇ ਆਪਣੇ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਕਾਫੀ ਸਾਰੇ ਕੈਂਡੀਡੇਟਸ ਦੇ ਕਮੈਂਟਸ ਆਉਂਦੇ ਰਹਿੰਦੇ ਸੀਗੇ ਨਿਊ ਵੈਕੈਂਸੀਜ਼ ਜ਼ਿਆਦਾ ਕਦੋਂ ਆਣਗੇ ਤਾਂ ਫਾਈਨਲੀ ਅਫੀਸ਼ੀਅਲ ਨੋਟੀਫਿਕੇਸ਼ਨ ਆ ਚੁੱਕੇ ਆ ਸਰਕਾਰੀ ਬੈਂਕ ਦੇ ਵਿੱਚ ਵੈਕੈਂਸੀਜ਼ ਆਊਟ ਕੀਤੇ ਗਏ ਆ ਤਕਰੀਬਨ 9600 ਤੋਂ ਜ਼ਿਆਦਾ ਵੈਕੈਂਸੀਜ਼ ਆ ਚੁੱਕੇ ਆ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਔਰ ਅਪਲਾਈ ਕਰਨਾ ਵੀ ਸ਼ੁਰੂ ਹੋ ਚੁੱਕਿਆ ਆ ਕਿ ਆ ਕੇ ਇਹਨਾਂ ਨੇ ਐਲੀਜੀਬਿਲਟੀ ਮੰਗੀ ਆ ਕੌਣ ਕਦੋਂ ਤੋਂ ਕਦੋਂ ਤੱਕ ਅਪਲਾਈ ਕਰ ਸਕਦਾ ਹੈ ਸਾਰਾ ਮੈਂ ਤੁਹਾਨੂੰ ਦੱਸਾਂਗੀ ਔਰ ਇਹ ਵੀ ਗੱਲ ਕਲੀਅਰ ਕਰਾਂਗੇ ਪੰਜਾਬ ਵਾਲਿਆਂ ਦੇ ਲਈ ਜਿਹੜੀ ਜੋਬ ਲੋਕੇਸ਼ਨ ਆ ਤੁਹਾਨੂੰ ਪੰਜਾਬ ਹੀ ਮਿਲੇਗੀ ਠੀਕ ਹੈ ਔਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਰਿਕਰੂਟਮੈਂਟ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਇਹਦੇ ਨਾਲ ਤੁਹਾਨੂੰ ਫ੍ਰੀ ਦੇ ਵਿੱਚ ਹੀ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਾ ਵੀ ਜਾਣਕਾਰੀ ਲੈ ਕੇ ਆਵਾਂਗੇ ਚਾਹੇ ਉਹ ਐਜੂਕੇਸ਼ਨ ਨਾਲ ਰਿਲੇਟਿਡ ਹੋਵੇ ਚਾਹੇ ਉਹ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੀ ਜਿਹੜੀ ਵੀ ਪਲਾਨ ਬੀ ਇੰਪੋਰਟੈਂਟ ਰਹਿੰਦੇ ਆ ਜਾਂ ਤੁਹਾਡੇ ਫੈਮਿਲੀ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹਿੰਦੇ ਆ ਸੋ ਸਾਰੇ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸੀ ਦੇ ਆ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਇਤੋਂ ਇਲਾਵਾ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਦੋ ਤੋਂ ਤਿੰਨ ਔਰ ਔਲਰੇਡੀ ਨਵੇਂ ਨੋਟੀਫਿਕੇਸ਼ਨ ਆਊਟ ਕੀਤੇ ਜਾ ਚੁੱਕੇ ਆ ਹੁਣੇ-ਹੁਣੇ ਮੈਂ ਆਪਣੀ ਆਫੀਸ਼ੀਅਲ ਵੈਬਸਾਈਟ ਤੇ ਅਪਡੇਟ ਕਰਕੇ ਆ ਰਹੀ ਆ ਉਹ ਵੀ ਤੁਸੀਂ ਚੈੱਕ ਕਰ ਲਿਓ ਤੇ ਪੰਜਾਬ ਪੀਸੀਐਸ ਤੁਹਾਨੂੰ ਪਤਾ ਹੈ ਵੈਕੈਂਸੀਸ ਆਈਆਂ ਸਿਗੀਆਂ ਪੰਜਾਬ ਪੀਸੀਐਸ ਦੀ ਤੁਹਾਨੂੰ ਪਤਾ ਵੈਕੈਂਸੀਜ਼ ਆਈਆਂ ਸੀਗੀਆਂ ਉਹਦੇ ਵੀ ਲਾਸਟ ਡੇਟ ਜਿਹੜੀ ਹੈ ਕੁਝ ਐਕਸਟੈਂਡ ਕੀਤੀ ਗਈ ਹੈ ਚਿਕਨ ਨੋਟੀਫਿਕੇਸ਼ਨ ਆਇਆ ਤੁਸੀਂ ਉਹ ਵੈਬਸਾਈਟ ਤੇ ਜਾ ਕੇ ਚੈੱਕ ਕਰ ਲਿਓ ਜੇਕਰ ਤੁਸੀਂ ਅਪਲਾਈ ਕਰਨਾ ਸੀਗਾ ਤੇ ਅਪਲਾਈ ਨਹੀਂ ਕਰ ਪਾਏ ਸੀ ਕਿਸੇ ਰੀਜ਼ਨ ਕਰਕੇ ਤਾਂ ਹੁਣ ਵੀ ਤੁਸੀਂ ਉਹਦੇ ਵਾਸਤੇ ਅਪਲਾਈ ਕਰ ਸਕਦੇ ਆ ਸਾਡੀ ਵੈਬਸਾਈਟ ਦੇ ਥਰੂ ਜਾ ਕੇ ਵੀ ਕਰ ਸਕਦੇ ਆਂ ਡਾਇਰੈਕਟ ਵੀ ਤੁਸੀਂ ਜਾ ਸਕਦੇ ਜਿਵੇਂ ਤੁਹਾਨੂੰ ਠੀਕ ਲੱਗਦਾ ਆ ਫਿਲਹਾਲ ਆਪਾਂ ਗੱਲ ਕਰਾਂਗੇ ਸਰਕਾਰੀ ਬੈਂਕ ਦੇ ਵਿੱਚ ਆਈਆਂ ਹੋਈਆਂ ਭਰਤੀਆਂ ਜਿਹੜੀਆਂ 9638 ਟੋਟਲ ਵੈਕੈਂਸੀਜ਼ ਹੈ ਔਰ ਆਨਲਾਈਨ ਤੁਸੀਂ ਅਪਲਾਈ ਕਰਨਾ ਹੈ ਅਪਲਾਈ ਕਰਨਾ ਵੀ ਸ਼ੁਰੂ ਹੋ ਚ ਕਿ ਤੇ ਸਾਰੇ ਕੈਂਡੀਡੇਟਸ ਇਹਦੇ ਵਾਸਤੇ ਅਪਲਾਈ ਕਰ ਸਕਦੇ ਆ ਪੰਜਾਬ ਦੇ ਲਈ ਅਲੱਗ ਪੋਸਟਾਂ ਆਈਆਂ ਇਹਦੇ ਵਿੱਚ ਪੰਜਾਬ ਦੀ ਜੌਬ ਲੋਕੇਸ਼ਨ ਪੰਜਾਬ ਹੀ ਰਹੇਗੀ ਇੱਥੇ ਕਲਿੱਕ ਕਰਕੇ ਤੁਸੀਂ ਇਸ ਤੋਂ ਇਲਾਵਾ ਜਿਹੜੀਆਂ ਵੈਕੈਂਸੀਜ਼ ਆਈਆਂ ਚਾਹੇ ਉਹ ਪੰਜਾਬ ਸਟੇਟ ਦੀਆਂ ਹੋਣ ਚਾਹੇ ਸੈਂਟਰਲ ਦੀਆਂ ਉਹਦੀ ਸਾਰੀ ਜਾਣਕਾਰੀ ਤੁਸੀਂ ਇੱਥੋਂ ਲੈ ਸਕਦੇ ਆ ਇੱਥੋਂ ਪੰਜਾਬ ਦੀ ਕਿਸੇ ਵੀ ਨੌਕਰੀ ਦੀ ਤੁਸੀਂ ਤਿਆਰੀ ਕਰਦੇ ਪਿਓ ਇੱਕ ਕਲਿੱਕ ਕਰਕੇ ਤੁਸੀਂ ਇੱਥੋਂ ਸਟੱਡੀ ਮਟੀਰੀਅਲ ਨੂੰ ਡਾਊਨਲੋਡ ਕਰ ਸਕਦੇ ਆ ਐਪਲੀਕੇਸ਼ਨ ਫੀਸ ਦੀ ਗੱਲ ਕਰਾਂਗੇ ਇਹਦੇ ਵਿੱਚ ਜਰਨਲ OBC EWS ਦੇ ਵਾਸਤੇ 850 ਰੁਪਏ ਆ SC SC ਤੇ ਫਿਜ਼ੀਕਲੀ ਹੈਂਡੀਕੈਪਡ ਕੈਂਡੀਡੇਟਸ ਲਈ 100 ਤਰਪਿਆ ਸਿਲੈਕਸ਼ਨ ਪ੍ਰੋਸੀਜਰ ਦੇ ਵਿੱਚ ਇਥੇ ਤੁਹਾਡਾ ਪਹਿਲਾ ਰਿਟਨ ਇਗਜ਼ਾਮ ਹੋਊਗਾ ਦੈਨ ਤੁਹਾਡੀ ਇਹਦੇ ਵਿੱਚ ਜਿਹੜੀ ਹੈ ਇੰਟਰਵਿਊ ਰਹੇਗੀ ਠੀਕ ਹੈ ਔਰ ਉਸ ਤੋਂ ਬਾਅਦ ਏਜ ਲਿਮਿਟ ਦੀ ਗੱਲ ਕਰੀਏ 18 ਤੋਂ 40 ਸਾਲ ਪਲੱਸ ਰਿਲੈਕਸੇਸ਼ਨ ਤੁਹਾਨੂੰ ਦਿੱਤਾ ਜਾਊਗਾ ਵੈਕੈਂਸੀਸ ਮੈਂ ਤੁਹਾਨੂੰ ਸਟਾਰਟਿੰਗ ਜੇ ਕਲੀਅਰ ਕੀਤੀਆਂ 9638 ਪੋਸਟਾਂ ਆਈਆਂ ਆ ਆਫੀਸਰ ਤੁਸੀਂ ਦੇਖ ਸਾਤੇ CRP RRB 9 ਜਿਹੜੀ ਵੈਕੈਂਸੀਸ ਆਉਂਦੇ ਆ ਆਫੀਸਰ ਦੀ ਇਹਦੇ ਵਿੱਚ ਆਉਂਦੀ ਆ 1 2 3 ਦੇ ਵਿੱਚ ਠੀਕ ਹੈ ਤੁਹਾਨੂੰ ਪਤਾ ਹੈ ਮੈਨੇਜਰ ਦੀ ਅਲੱਗ-ਅਲੱਗ ਡਿਵਾਈਡ ਕੀਤੀਆਂ ਹੁੰਦੀਆਂ ਤੁਸੀਂ ਜਾ ਕੇ ਚੈੱਕ ਕਰ ਲਿਓ ਇੰਪੋਰਟੈਂਟ ਹੋ ਚੁਕਿਆ ਆਖਰੀ ਤਰੀਕ ਅਪਲਾਈ ਕਰਨ ਦੀ ਹੈਗੀ 31 ਜੁਲਾਈ 2020 ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਸੀਏ ਕੀਤੀ ਹੈ ਜਾਂ ਲਾ ਡਿਗਰੀ ਕੀਤੀ ਹੋਈ ਹੈ ਰਿਕੋਗਨਾਈਜ਼ਡ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਤੁਸੀਂ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਲਾਸਟ ਵਿੱਚ ਤੁਹਾਨੂੰ ਲਿੰਕ ਮਿਲ ਜਣਗੇ ਇੱਥੇ ਕਲਿੱਕ ਕਰਕੇ ਅਪਲਾਈ ਕਰ ਸਕਦੇ ਆ ਇੱਥੇ ਜਾ ਕੇ ਨੋਟੀਫਿਕੇਸ਼ਨ ਪਹਿਲਾਂ ਚੰਗੀ ਤਰ੍ਹਾਂ ਪੜ ਲਿਓ ਤੁਹਾਨੂੰ ਕੋਈ ਡਾਊਟ ਹੋਊਗਾ ਕਮੈਂਟ ਕਰਕੇ ਜ਼ਰੂਰ ਪੁੱਛੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ